ਦੀ 8 ਮਿੰਟ ਵਾਲੀ ਡਿਲੀਟ ਕਰ ਦੇ ਕਿਉਂ ਕਿਉਂ ਉਹਨੂੰ ਜੋੜ ਦੀ ਇਹਦੇ ਵਿੱਚ ਜੋੜ ਨਹੀਂ ਯਾਰ ਤੇ ਡਿਲੀਟ ਕਿਉਂ ਕਰਨੀ ਮੈਂ ਹੀ ਤਾਂ ਬਣਾਈ ਮੈਂ ਉਹ ਨਹੀਂ ਕਹਿ ਰਿਹਾ ਕਿ 8 ਮਿੰਟ ਦੀ ਅਗਲਾ ਜੋੜੀ ਨਾ ਚਲੀਏ ਵੇਖ ਕੇ ਆਈਏ ਕੀ ਆਪੇ ਤਾਂ ਉਹਦੇ ਚਲੀਏ ਡੈਜ਼ਰਟ ਫਿਰ ਤੇਲ ਤਾਂ ਪਵਾ ਲਈਏ ਤਾਂ ਪਾਣੀ ਨਾ ਜਾਣ ਵਾਪਸ ਹੀ ਪਵਾ ਲਾਂਗੇ ਆ ਜਾਏਗੀ ਵਾਪਸ ਚਲੋ ਫਿਰ ਠੀਕ ਆ ਵਾਪਸ ਉੱਥੇ ਕੋਈ 2000 ਵੀਡੀਓ ਬਣਾਉਂਦੇ ਆ ਟਿਕਟੋਕ ਬਣਾਉਂਦੇ ਕਾਹਦੇ ਲਈ ਟਿਕਟੋਕ ਬਣਾਉਣੀ ਇੱਦਾਂ ਹੀ ਬਸ ਜਾ ਕੇ ਆਪਾਂ ਵਾਪਸ ਮੁੜ ਜਾਣਾ ਹਾਂ ਠੀਕ ਹੈ ਅੱਛਾ ਆਪਾਂ ਨੂੰ ਇੱਕ ਘੰਟੇ ਦੀ ਵੀਡੀਓ ਚਾਹੀਦੀ ਬਸ ਟਿਕਟੋਕ ਨਹੀਂ ਬਣਾਉਣੀ ਫਿਰ ਉਹ ਨਹੀਂ ਯਾਰ ਸਾਹਿਲ ਕਨਾਲ ਤਾਂ ਨਹੀਂ ਜੋੜ ਕੇ ਪਏ ਉਹ
ਇਹਦੀ ਲੰਬੀ ਸਾਰੀ ਵਾਹਵਾ ਹੀ ਦੂਰ ਤੱਕ ਹੋਣਾ, ਉੱਥੇ ਲੈ ਕੇ ਚਲੋ, ਉੱਥੇ ਥੋੜ੍ਹੀ ਸਪੀਡ ਨਾ ਬਣਾਵਾਂਗੇ। ਇਹਨੂੰ ਥੋੜ੍ਹੀ ਸਲੋ ਮੂਵ ਕਰ ਦਿਓ ਨਾ, ਮਿੰਟ ਫਿਰ ਵੀ ਵੱਜਣੇ ਜਿਹੜੇ ਜੋ ਈਵਨਿੰਗ ਦੇ ਸ਼ਾਟ ਆਏ ਸੀ ਨਾ, ਬੜੇ ਪਿਆਰੇ ਆਏ ਸੀ, ਬਹੁਤ ਪਿਆਰੇ ਆਏ। ਈਵਨਿੰਗ ਦੇ ਤਾਂ ਕਿਤੇ ਵੀ ਲੈ ਲਓ ਸ਼ਾਟ ਆ ਪਿਆਰੀ ਹੈ, ਸ਼ਾਮਾਂ ਨੂੰ ਸੂਰਜ ਦੀ ਉਹ ਘੱਟ ਜਾਂਦੀ ਹੈ ਨਾ, ਲੋਅ ਘੱਟ ਜਾਂਦੀ ਹੈ ਨਾ, ਇੱਥੇ ਬਣਾਈ
ਗਈ ਹੈ। ਜਗ੍ਹਾ ਬੜੀ ਪਿਆਰੀ ਸੀ ਉਹ ਇਹ ਨਹੀਂ ਹੈ ਸੀਗੇ ਮਤਲਬ ਇੱਦਾਂ ਕਿਤੇ ਗਏ ਹੋਣੇ ਅੱਗੇ ਪਿੱਛੇ ਸੀ ਡਿੱਬਾ ਲੱਭ ਗਿਆ ਹੋਣਾ ਤੁੱਕੇ ਜਿਹੇ ਨਾਲ ਹੀ ਲੱਭੇ ਹਾਂ ਹਾਂ ਤੁੱਕੇ ਨਾਲ ਐਵੇਂ ਮੈਂ ਤੁਹਾਨੂੰ ਆਖਾਂ ਕਿ ਸਾਨੂੰ ਲੋਕੇਸ਼ਨ ਐਗਜੈਕਟ ਨਹੀਂ ਸੀ ਨਹੀਂ ਬਸ ਐਵੇਂ ਅੱਖਾਂ ਬੰਦ ਕਰਕੇ ਤੁਰ ਗਏ ਆਹ ਵੀ ਜਿੱਦਾਂ ਨਾ ਇੱਥੇ ਬੰਦਾ ਇਕੱਲਾ ਸਿੰਗਲ ਸਿੰਗਲ ਰੋਡ ਆ ਖਾਲੀ ਆ ਨਾਲੇ ਇੱਥੇ ਬੰਦਾ ਮਾੜਾ ਮੋਟਾ ਡਰਾਈਵ ਕਰਦਾ ਵੀ ਦਿਖਾ ਸਕਦੇ ਹਨਾ ਇੱਥੇ ਹੁੰਦੀਆਂ ਸ਼ੂਟਿੰਗਾਂ ਵਗੈਰਾ ਡਾਇਰੈਕਸ਼ਨ ਦੀ ਇਹੀ ਨਜ਼ਰ ਹੁੰਦੀ ਹੈ ਕਿ ਜਿੱਦਾਂ ਟੁੱਟੇ ਫਿਰਦੇ ਆ ਨਾ ਤੁਸੀਂ ਮੇਰੇ ਲੱਗਦਾ ਕਿ ਇਹ ਜਗ੍ਹਾ ਜਿਹੜੀ ਆ ਕੰਮ ਆ ਸਕਦੀ ਮੇਰੇ ਹਾਂ ਚਾਹੇ ਛੋਟੀ ਚੀਜ਼ ਹੋਵੇ ਵੱਡੀ ਹੋਵੇ ਬਾਕੀ ਦੂਜੀ ਹੁਣ ਇੱਕ ਕਮੀ ਹੈਗੀ ਆਪਣੀ ਉਹ ਗਿੰਬਲ ਦੀ ਉਹ ਆਪਾਂ ਨੂੰ ਹੁਣ ਕੱਢਣੀ ਪੈਣੀ ਹੈ ਬਸ ਬਾਕੀ ਤਾਂ ਹੁਣ ਕੰਮ ਕਰ ਰਹੇ ਆਪਾਂ ਪੂਰਾ ਮੇਰਾ ਗਾਣਾ ਰੋਡ 'ਤੇ ਸ਼ੂਟ ਹੋਇਆ ਇੱਦਾਂ ਹੀ ਨਹੀਂ 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 ਸੀ ਉਹ ਤਾਂ ਲੈਫਟ ਗਿਆ ਸੀ ਜਿੱਥੋਂ ਮੈਂ ਆਪਾਂ ਹੁਣ ਲਾਜ ਲੈਫਟ ਮੁੜੇ ਆ ਨਾ ਉਦੋਂ ਮੁੜੇ ਨਹੀਂ ਸੀ ਆਪਾਂ ਅੱਧੇ ਨਿਕਲ ਗਿਆ ਸੀ ਉੱਥੇ ਮੇਰਾ ਉਹ ਸੁਸਾਇਟੀ ਬਣਨ ਲੱਗ ਗਈ ਉਧਰ ਸੂਰਜ ਪੈਣ ਡਿਆ ਕਾਲਾ ਨਜ਼ਰ ਆਉਣਾ ਬਸ ਠੀਕ ਹੈ ਇੱਦਾਂ ਹੀ ਠੀਕ ਹੈ ਬਣੀ ਜਾਂਦੀ
ਬਲਰ ਕਿਉਂ ਆ ਰਹੀ ਹੈ ਵੀਡੀਓ?
ਮਾਫੀ ਪਾਣੀ ਕੰਨ ਦਿੱਤੀ ਤੇ ਤੂੰ ਤੇਰੀ ਮਾਂ ਵੀ ਬੇਗਾਨੀ ਰੋਇਆ ਬਸ ਬਾਪੂ ਤੇਰਾ ਤੇਰੇ ਜਾਣ ਪਿੱਛੋਂ ਚੁੱਪ
40 ਮਿੰਟ ਦੀ ਬਣ ਗਈ ਬਸ ਹੁਣ ਤਾਂ ਬੇਬਾਵ ਮਟਾਰੀ ਹੋ ਗਈ ਆ ਉਹ 12 ਮਿੰਟਾਂ ਦੀ ਵੀ ਨੇ ਬਣਾਈ ਹੋਊਗੀ ਉੱਥੇ ਸਾਲੀ ਮੌਲ ਚ ਹਾਂ ਹੁਣ ਇੰਨੇ ਮਾਰ ਸਟਾਰਟਿੰਗ ਅਸੀਂ ਮੌਲ ਦੀ ਦਿਖਾਉਣੀ ਆ ਬਾਕੀ ਤਾਂ ਫਿਰ ਚਮਲਾ ਹੀ ਆ ਲੱਭਦੇ ਰਹਿਣਗੇ ਵਿਚਾਰੇ ਇਹ ਗਏ ਕਿੱਥੇ ਆ ਕੀ ਆ ਬੰਦੇ ਗਏ ਕਿੱਧਰ ਹਾਂ ਬਾਅਦ ਜੋ ਲੱਭਣਗੇ ਬੰਦੇ ਗਏ ਕਿੱਧਰ ਆਏ ਪੈਟਰੋਲ ਪੰਪ ਆ ਜਾਵੇ ਪੈਟਰੋਲ ਤੇ ਨਾ ਆਇਆ ਫਿਰ ਤੱਕਾ ਸ਼ਾਈ ਚੱਲੇਗੀ ਉਹ ਬੀਬੀ ਨੂੰ ਕਿੱਥੇ ਲੈ ਗਏ ਓਏ ਇੱਥੇ ਸ਼ੂਟਿੰਗ ਵਾਲੀ ਨੂੰ ਕਿਹੜਾ ਟੋਏ ਚ ਮਾਰ ਲਈ ਛੁੜੀ ਆ ਫੇ ਦਿਓ ਇਹ ਧੁੰਦਰੀ ਕਿਉਂ ਆ ਰਹੀ ਵੀਡੀਓ ਕਿਉਂ ਇਹ ਸੂਰਜ ਦੀ ਰੋਸ਼ਨੀ ਦੀ ਵਜ੍ਹਾ ਸੂਰਜ ਦੀ ਰੋਸ਼ਨੀ ਆ ਕੁਛ ਉਹਦੀ ਰੈਜੂਲੇਸ਼ਨ ਵੀ ਘਟਾਈ ਆ ਨਾ ਤੁਸੀਂ ਚਲੋ ਏਦਾਂ ਹੀ ਘੰਟੇ ਦੀ ਬਣ ਜਾਣੀ ਆਪਾਂ ਨੂੰ ਕੱਟਣੀ ਕੁੱਟਣੀ ਨਹੀਂ ਪੈਣੀ ਬਸ ਐਡੀਟਿੰਗ ਤਾਂ ਕਰਨੀ ਪੈਣੀ ਕੀ ਐਡੀਟਿੰਗ ਕਰਨੀ ਮਿਊਟ ਤਾਂ ਕਰਨੀ ਪੈਣੀ ਆ ਨਹੀਂ ਨਹੀਂ ਮਿਊਟ ਛੋਟ ਨਹੀਂ ਨਹੀਂ ਆ ਵਿੱਚ ਜਿਹੜਾ ਆਪਾਂ ਬੋਲ ਮਾਣੀ ਕੀਤੀ ਹੈ ਬੰਦ ਨਹੀਂ ਇੱਥੇ ਕਿਹੜਾ ਕੋਈ ਬੈਠਾ ਕਰਾਉਣ ਡਿਆ ਕੋਈ ਬੰਦਾ ਲਾਈਏ ਇਹਦੇ ਨਾਲ ਲੈਂਬਰਗਿਨੀ ਵਾਲੇ ਨਾਲ ਕੀ ਲਾਉਣਾ ਸ਼ਰਤ ਉੱਦਾਂ ਕਹਿ ਦਿਓ ਭਾਈ ਅਸੀਂ ਆ ਕੀ ਕਰ ਆ ਜਾ ਜੇ ਆਉਣਾ ਤੇ ਆ ਜਾ ਭਰਾਵਾ ਸਾਡੇ ਪਿੱਛੇ ਆ ਜਾ ਇਹ ਤੇਰੀ ਹਿੰਮਤ ਹੈਗੀ ਉਹ ਤੇਰੇ ਪਾਣੀ ਕਿਤੇ ਇੱਦਾਂ ਨਹੀਂ ਉੱਦਾਂ ਹੀ ਜਿੱਦਾਂ ਉਡਾ ਰਿਹਾ ਸੀਗਾ ਚੌੜੇ ਰੁੱਖ ਇੱਦਾਂ 16 ਨੂੰ ਚੱਲ ਰਹੀ ਹੈ ਹਾਂਜੀ ਦੋਸਤੋ ਕਿੱਦਾਂ ਫਿਰ ਅੱਜ ਆਏ ਹੋਏ ਅਸੀਂ ਸੈਂਡੀ ਹਾਈਵੇ ਇਹ ਵੇਖੋ ਤਰਾ ਅੱਗੇ ਰੋਡ ਇਹ ਬੜਾ ਤੁਸੀਂ ਗਾਣਿਆਂ ਛਾਣਿਆਂ 'ਚ ਵੇਖਦੇ ਹੋਣੇ ਆ ਆਹ ਫਿਲਮਾਂ ਸ਼ਿਲਮਾਂ ਸ਼ੂਟਿੰਗ ਹੁੰਦੀਆਂ ਇੱਥੇ ਉਹੋ ਹੀ ਜਗ੍ਹਾ ਵਾ ਅਸੀਂ ਐਵੇਂ ਇੱਥੇ ਵਾਰਾਗਰਦੀ ਕਰਨ ਆਏ ਹਾਂ ਵੇਖੋ ਜੀ ਠੀਕ ਹੋ ਗਿਆ ਵਿੱਕੀ ਸਾਹਿਬ ਸਾਡੇ ਨਾਲ ਹੈ ਜੀ ਵਿੱਕੀ ਸਹੋਤਾ ਸਾਹਿਬ ਵਿੱਕੀ ਭਾਈ ਕਿੱਦਾਂ ਲੱਗਾ ਤੁਹਾਨੂੰ ਅੱਜ ਫਿਰ ਇੱਥੇ ਆ ਕੇ ਆਪਣਾ ਸੈਂਡੀ ਹਾਈਵੇ ਬਹੁਤ ਨਜ਼ਾਰੇ ਆਏ ਜੀ ਕਿੱਦਾਂ ਲੱਗਾ ਚੰਗਾ ਲੱਗਾ ਬਹੁਤ ਮਹਿੰਗਾ ਮਜ਼ੇ ਆਏ ਜੀ ਇਹਦਾ ਮਤਲਬ ਜਿਹੜਾ ਅਗਲਾ ਆਪਣਾ ਗਾਣਾ ਆ ਰਿਹਾ ਉਹਦਾ ਕੋਈ ਸ਼ੂਟ ਆਪਾਂ ਥੋੜ੍ਹਾ ਜਿਹਾ ਇੱਧਰ ਵੀ ਰੱਖੀਏ ਹੈ ਥੋੜ੍ਹਾ ਨਹੀਂ ਆਪਾਂ ਮੇਬੀ ਹਾਫ ਐਨ ਅੱਧਾ ਗਾਣਾ ਹੀ ਇੱਥੇ ਸ਼ੂਟ ਕਰ ਦਈਏ ਹਾਂਜੀ ਠੀਕ ਹੋ ਗਿਆ ਭਾਜੀ ਅੱਧਾ ਗਾਣਾ ਆਪਾਂ ਇੱਧਰ ਹੀ ਸ਼ੂਟ ਕਰਾਂਗੇ ਠੀਕ ਹੋ ਗਿਆ ਭਾਜੀ ਇਦਾਂ ਹੀ ਕਰਨਾ ਆਪਾਂ ਅੱਧਾ ਗਾਣਾ ਜਿਹੜਾ ਨਾ ਇੱਥੇ ਸ਼ੂਟ ਕਰਾਂਗਾ ਆ ਵੇਲਾ ਵਾਂਗ ਕਿੱਡਾਂ ਦੇ ਤਜਰਬੇ ਕਰਨ ਲਈ ਇੱਥੇ ਬਨਸਵਨੀਆਂ ਸ਼ੂਟਿੰਗਾਂ ਹੋਣੀਆਂ ਉਹ ਵੇਖ ਪਰਾਂ ਉਹ ਸ਼ੂਟ ਹੋ ਰਹੀ ਆ ਵੇਖ ਰਿਹਾ ਉਹ ਉੱਤੇ ਚੜੇ ਹੋਏ ਅਗਲੇ ਗੱਡੀਆਂ ਦੇ ਉੱਤੇ ਵਾਹ ਜੀ ਵਾਹ ਕੀ ਬਾਤ ਹੈ ਨਜ਼ਾਰੇ ਲੈ ਰਹੀ ਦੁਨੀਆ ਇੱਥੇ ਕੀ ਬਾਤ ਹੈ ਇਹ ਦੇਖੋ ਹਾਂ ਲਓ ਜੀ ਦੇਖ ਰਹੇ ਹੋ ਤੁਸੀਂ ਸ਼ੂਟ ਹੋ ਰਿਹਾ ਕਰੋ ਜ਼ਰਾ ਜ਼ੂਮ ਚੱਲ ਰਿਹਾ ਕੰਮ ਇੱਦਾਂ ਹੀ ਹੈ ਜੀ ਇੱਥੇ ਆਵਾਮ ਆਉਂਦੀ ਹੈ ਮਜ਼ੇ ਲੈਣ ਇੱਥੇ ਥਰਸਡੇ ਨਾਈਟ ਨੂੰ ਜਿਹੜਾ ਨਾ ਮਤਲਬ ਲੋਕ ਇੰਜੋਏ ਕਰਨ ਵਾਸਤੇ ਵੀਕਐਂਡ ਕਰਨ ਵਾਸਤੇ ਆਉਂਦੇ ਆ ਅਤੇ ਹੁਣ ਮਾਸਕ ਪਾ ਲਈਏ ਥੋੜ੍ਹਾ ਜਿਹਾ ਕਿਉਂਕਿ ਆਪਾਂ ਸ਼ਹਿਰ 'ਚ ਵੜਨ ਲੱਗੇ ਹਾਂ ਠੀਕ ਆ ਜੀ ਬੇਲੀਓ ਗੱਲਬਾਤ ਹੋਏਗੀ ਤੁਹਾਡੇ ਨਾਲ ਫਿਰ ਅੱਗੇ ਤਦ ਤੱਕ ਵਾਸਤੇ ਸਾਨੂੰ ਦਿਓ ਇਜਾਜ਼ਤ ਅੱਲਾ ਦੇ ਵਾਲੇ ਜ਼ਬਰਦਸਤ ਹੋ ਗਿਆ ਟੋਟੇ ਐਵੇਂ ਯਾਦਗਾਰੀ ਬਣਾ ਕੇ ਰੱਖ ਲਵਾਂਗੇ ਕਿਤੇ ਨਾ ਕਿਤੇ ਕੰਮ ਆ ਹੀ ਜਾਊਗੀ
54 ਮਿੰਟ ਹੋ ਗਏ 54
ਡੇਟ ਆ 2 ਮਿੰਟ ਦੀ ਹੋ ਜਵੇ ਤਾਂ ਤੇ ਮੈਂ ਕੱਟ ਕੇ ਦੁਬਾਰਾ ਚਲਾ ਦਿੰਦਾ ਯਾਰ ਮੈਂ ਬਸ ਤਾਂ ਆਪੇ ਤਾਂ ਕਹਿੰਦਾ ਇਹ ਇੱਕ ਘੰਟੇ ਦੀਆਂ ਦੋ ਜਾਂ 2 ਘੰਟਿਆਂ ਦੀ ਇੱਕੋ ਹੀ ਬਣਾ ਦੀ ਜਾਂ ਜਿੰਨੀ ਚੱਲਦੀ ਹੈ ਚੱਲ ਜਾਵੇ ਘੰਟੇ ਦੀ ਬਣੀ ਆ ਵੀਡੀਓ ਨਹੀਂ ਨਹੀਂ ਇੱਕ ਹੀ ਬਹੁਤ ਨਹੀਂ ਹੈ ਫਿਰ ਇਹ ਚੱਲਣ ਤਾਂ ਜਿੰਨੀ ਵੀ ਚੱਲਦੀ ਹੈ ਡੁੱਲੀ ਡੁੱਲੀ ਚੱਲਣ ਭਾਈਆ 30 ਧਰਮ 30 ਹਾਂ 30 ਧਰਮ ਆਈਸਕ੍ਰੀਮ ਖਾਣੀ ਸੀ ਕੁਛ ਖਾਈਏ ਯਾਰ ਮੇਰਾ ਮਿੱਠਾ ਖਾਣ ਨੂੰ ਦਿਲ ਕਰਦਾ ਮੈਂ ਫਿਰ ਮੈਨੂੰ ਮਿੱਠਾ ਬਹੁਤ ਪਸੰਦ ਆਇਆ ਕਰੀਏ ਚਾਹੁੰਦੇ ਹਾਂ ਕਿਤੇ ਬਹਿੰਦੇ ਹਾਂ ਕਿਤੇ ਖਾਵਾਂਗੇ ਕਿ ਇੱਦਾਂ ਖਾ ਲਈਏ ਹੁਣ ਕਿੱਥੋਂ ਖਾ ਲਈ ਮਿੱਠੀਆਂ ਨੂੰ ਕਹਿੰਦੇ ਦੋ ਗਾਲਾਂ ਕੱਢਦੇ ਮਿੱਠੀਆਂ ਖੁੱਲ੍ਹਾ ਹੀ ਅਸੀਂ ਬੰਦ ਹੋ ਗਿਆ ਰੱਖੋ ਹੁਣ
ਬੰਦਾ ਕੰਮ ਕਰੇ ਦੀ ਥੱਕ ਜਾਣਾ, ਵਿਹਲਾ ਗੱਡੀ ਘੁੰਮਦਾ ਰੋਡਾਂ ਦੇ ਉੱਤੇ ਬੰਦਾ ਥੱਕ ਜਾਂਦਾ ਹੈ। ਅਕਸਰ ਹੀ ਮੇਰੇ ਨਾਲ ਇੱਦਾਂ ਹੁੰਦੀ ਹੈ, ਜਦੋਂ ਮੈਂ ਗੱਡੀ 'ਚ ਬਹਿ ਜਾਣਾ ਮੈਨੂੰ ਨੀਂਦ ਆ ਜਾਂਦੀ, ਪਤਾ ਨਹੀਂ ਕਿਉਂ। ਸਕੂਨ ਹੈ ਨਾ, ਨੀਂਦ ਦਾ ਤਲ ਸਕੂਨ ਨਾ, ਜਦੋਂ ਨੀਂਦ ਆਉਣ ਲੱਗ ਪਏ ਸਮਝੋ ਸਕੂਨ ਹੈ। ਨੀਂਦ ਨਾਲ ਸਕੂਨ ਨਹੀਂ, ਭਾਵੇਂ ਮੰਜੇ 'ਤੇ ਪਿਆ ਸਕੂਨ ਆ, ਮਤਲਬ ਵਿਹਲੇ ਆ। ਵਿਹਲੇ ਆ ਜਾਂ ਨਹੀਂ ਆ ਜਾਂ ਜੋ ਵੀ ਆ, ਜਦੋਂ ਜ਼ਿਹਨ ਫਰੈਸ਼ ਹੁੰਦਾ ਵਾ, ਬਾਡੀ ਰਿਲੈਕਸ ਹੁੰਦੀ ਹੈ ਨਾ, ਨੀਂਦ ਉਦੋਂ ਹੀ ਆਉਂਦੀ। ਚਲੋ ਹੁਣ ਸਾਨੂੰ ਵੀ ਲੰਘ ਲੈਣ ਦਿਓ, ਸਾਰਿਆਂ ਨੇ ਲੰਘ ਜਾਣਾ ਅੱਜ। ਮੈਂ ਫਿਰ ਇਹ ਫੀਲ ਕਰ ਰਿਹਾ ਵਾਂ ਕਿ ਸਟੂਡੀਓ ਹੁਣ ਬਹੁਤ ਜ਼ਰੂਰੀ ਦੁਬਾਰਾ, ਵਿਹਲਾ ਹੈਗਾ, ਟਾਈਮ ਹੈਗਾ ਵਾ, ਅਤੇ ਪੈਂਟ ਸ਼ੈਂਟ ਮਾਰ ਕੇ ਉਹਦੇ 'ਤੇ ਐਨ ਵਧੀਆ ਤਰੀਕੇ ਨਾਲ, ਹਾਂ ਲਾਈਟਿੰਗ ਸ਼ਾਈਟਿੰਗ ਲਾ ਕੇ ਨਾ, ਆਰ ਜੀ ਬੀ ਵਗੈਰਾ, ਔਰ ਜਿਹੜਾ ਨਾ ਲਾਈਟਾਂ ਜਿਹੜੀਆਂ ਮੇਰੇ ਕੋਲ ਆਲਰੇਡੀ ਹੈਗੀਆਂ ਵਾ, ਜਿਹੜੀਆਂ ਉਹ ਜਿਹੜੀਆਂ ਪ੍ਰੋਫੈਸ਼ਨਲ ਚਾਹੀਦੀਆਂ ਹੁੰਦੀਆਂ ਲਾਈਟਾਂ ਹੈਗੀਆਂ ਵਾ। ਜੁੰਮੇ ਰਾਤ ਦਾ ਸ਼ੂਟ ਰੱਖ ਲਿਆ ਕਰ, ਮੈਂ ਵੀ ਆ ਜਾ ਕਰਾਂ, ਕੋਈ ਮਸਲਾ ਨਹੀਂ। ਨਾਲੇ ਫਿਰ ਆਪਾਂ ਟਿਕਟੋਕ ਮੇਰੀ ਵੀ ਗਰੋਥ ਕਰਨ ਲਾਵਾਂਗੇ ਨਾ ਕਰਕੇ ਨਾ, ਅਤੇ ਅਸਲ 'ਚ ਬਹੁਤ ਢਿੱਲੇ, ਅਗਰ ਇਹਨਾਂ ਨਾਲ ਗੱਲਬਾਤ ਬਣ ਜਾਂਦੀ ਨਾ ਉਸ ਸ਼ੋਅ ਦੀ, ਅਗਰ ਉਸ ਸ਼ੋਅ ਦੀ ਗੱਲ ਬਣ ਜਾਂਦੀ ਨਾ, ਮੈਂ ਤੁਹਾਨੂੰ ਪੱਕਾ ਹੀ ਨਾਲ ਜੋੜ ਲੈਣਾ ਸੀਗਾ। ਐਵਰੀ ਸ਼ੋਅ ਦੇ ਵਿੱਚ ਜਿਹੜੇ ਆਰਟਿਸਟ ਹੁੰਦੇ ਉਹਨਾਂ ਨਾਲ, ਜਿਹੜੇ ਦੂਸਰੇ ਹੁੰਦੇ ਉਹਨਾਂ ਨਾਲ ਗੱਲਬਾਤ ਚੱਲਦੀ, ਔਰ ਐਵਰੀ ਸ਼ੋਅ 'ਚ ਤੇਰਾ ਇੱਕ ਗਾਣਾ, ਹਰ ਸ਼ੋਅ 'ਚ ਤੇਰਾ ਇੱਕ ਗਾਣਾ, ਸਮਝ ਆ ਰਹੀ ਨਾ। ਉਹਦੇ 'ਚ ਅਸੀਂ ਆਪਣੇ ਵੀ ਗਾ ਸਕਦੇ, ਉਹਦੇ 'ਚ ਅਸੀਂ ਕਵਰ ਵੀ ਗਾ ਸਕਦੇ, ਕੋਈ ਰੌਲਾ ਨਹੀਂ ਉਹ 'ਚ, ਤਾਂ ਕਿਸੇ ਦਾ ਵੀ ਗਾ ਸਕਦਾ। ਲੇਕਿਨ ਉਹਦੇ 'ਚ ਕਵਰ ਇੱਦਾਂ ਦਾ ਨਹੀਂ ਗਾਉਣਾ ਪਿਆ, ਇਲੈਕਟ੍ਰੋਨਿਕ ਮਿਊਜ਼ਿਕ ਉਹ ਤਾਂ ਸਿਰਫ ਦੋ ਬੋਲ ਹੀ ਉੱਦਾਂ ਹੀ ਸੁਣਾਉਣੇ ਆ, ਕੋਈ ਵੀ ਕੀਬੋਰਡ ਵਗੈਰਾ ਨਹੀਂ, ਉੱਦਾਂ ਹੀ ਦੋ ਬੋਲ ਸੁਣਾ, ਉੱਦਾਂ ਵੀ ਸੁਣਾ ਸਕਦੇ ਹਾਂ, ਠੀਕ ਆ, ਵਿੱਚ ਮਾੜੀ ਜਿਹੀ ਰਿਵਰਬ ਲਾ ਕੇ ਸਿੱਧਾ ਪੱਧਰਾ ਕਰਤਾ। ਉਹ ਤਾਂ ਫਿਰ ਬਾਅਦ 'ਚ ਜਦੋਂ ਐਡੀਟਿੰਗ ਕਰਨੀ ਉਦੋਂ ਕਰਨੀ, ਰਿਵਰਬ ਉਹਨਾਂ ਕੋਲ ਉਹ ਨਹੀਂ ਲੱਗੀ ਜਦੋਂ ਮੈਂ ਐਡੀ ਵੱਡੇ ਸੋਫਟਵੇਅਰ 'ਤੇ ਗਾ ਤਾ, ਅਖੀਰ ਨਹੀਂ ਕਰਤੀ ਉਹਨਾਂ ਨੇ ਗਾਣੇ ਦੀ। ਕੀ ਗੱਲ ਕੀ ਹੁੰਦਾ, ਉਹਨਾਂ ਨੇ ਸੋਚਿਆ ਕਿ ਜੀ ਪਤਾ ਇਹਨਾਂ ਨੇ ਟਿਕਟੋਕ 'ਤੇ ਹੀ ਪਾਉਣਾ, ਟਿਕਟੋਕ ਵਾਲੇ ਨੇ ਵੀ ਗਾਲਾਂ ਕੱਢਣੀਆਂ ਸਾਨੂੰ ਇਹੋ ਜਿਹਾ ਗਾਣਾ ਸੁਣ ਕੇ, ਉਹਨੇ ਕਹਿਣਾ ਘੱਟੋ ਘੱਟ ਕਰਨਾ ਜਿਹੜੇ ਵੀ ਬੇਇੱਜ਼ਤੀ ਨਾ ਕਰਨ। ਮੈਂ ਉਹਨੂੰ ਬੜੀ ਮੁਸ਼ਕਿਲ ਨਾਲ, ਮਤਲਬ ਇਹ ਕਿ ਮੈਂ ਉਹਨੂੰ ਕਿਹਾ ਚੱਲ ਕੋਈ ਗੱਲ ਨਹੀਂ ਜੋ ਹੋ ਗਿਆ ਸੋ ਗਿਆ, ਮੈਂ ਕਿਹਾ ਤੂੰ ਆਉਂਦਾ ਤੇਰੇ ਸਟੂਡੀਓ 'ਚ ਕਦੀ ਵੀ, ਮੈਂ ਕਿਹਾ ਉਹ ਇੰਨਾ ਗੁੱਸੇ 'ਚ ਸੀਗਾ ਅਤੇ ਮੈਂ ਉਹਨੂੰ ਬੜੀ ਮੁਸ਼ਕਿਲ ਨ
ਕਦੀ ਵੀ ਨਾ ਆਵੇ। ਇਨ 500 ਮੀਟਰਸ ਕੀਪ ਰਾਈਟ ਇੰਟੂ ਕੋਰਟਯਾਰਡ। ਮੈਂ ਕਿਹਾ ਬਾਕੀ ਇਹ ਆ ਕਿ ਹੁਣ ਸਵਾਲ ਇਹ ਵੀ ਉੱਠ ਸਕਦਾ ਕਿ ਤੂੰ ਸੋਚੇ ਕਿ ਯਾਰ ਅਗਰ ਏਡਾ ਹੀ ਬੁਰਾ ਸੀ ਤਾਂ ਆਇਆ ਕਿਉਂ, ਆਇਆ ਇਸ ਤੋਂ ਆ ਕਿ ਲੋਅ ਬਜਟ ਦਾ ਕੰਮ ਅਤੇ ਲੋਅ ਬਜਟ ਦਾ ਤੁਸੀਂ ਕਰਨਾ, ਤਾਂ ਕਰਕੇ ਆਇਆ ਤੁਹਾਡੇ ਕੋਲ ਦੁਬਾਰਾ। ਮਤਲਬ ਤੁਸੀਂ ਕੋਈ ਖੁਸ਼ਫਹਿਮੀ ਜੇ ਨਾ ਰਹੋ ਕਿ ਬੜਾ ਚੰਗਾ ਕੰਮ ਕਰ ਦਿੱਤਾ ਅਤੇ ਤੁਹਾਡੇ ਕੋਲ ਆ ਗਿਆ, ਕਿਉਂਕਿ ਵਜ੍ਹਾ ਪਤਾ ਕੀ ਆ ਵੀਰੇ, ਹੁਣ ਮੈਂ ਸੋਚ ਰਿਹਾ ਕਿ ਅਗਰ ਮੈਂ ਇੰਨੀ ਮਿਹਨਤ ਕਰ ਰਿਹਾ, ਅਗਰ ਮੈਂ ਭੱਜ ਦੌੜ ਕਰ ਰਿਹਾ, ਅਗਰ ਦੋ ਪੈਸੇ ਨਾ ਬਚਣ ਕੀ ਫਾਇਦਾ ਹੈ। ਰੋਜ਼ੀ ਰੁਜ਼ਗਾਰ ਵੀ ਚਾਹੀਦਾ ਨਾ। ਅਤੇ ਹੁਣ ਜਿਹੜੇ ਨਵੇਂ ਮੁੰਡੇ ਹੁਣ ਮੇਰੇ ਨਾਲ ਰਾਬਤਾ ਕਰ ਰਹੇ ਆ, ਕਈ ਮਤਲਬ ਮੈਸੇਜ ਵਗੈਰਾ ਆ ਰਹੇ ਆ, ਫਰਿਆਦ ਵੀ ਜਿਹੜਾ ਵਾ ਹੁਣ ਕਹਿ ਰਿਹਾ ਕਿ ਅਗਲਾ ਗਾਣਾ ਮੈਂ ਕਰਨਾ, ਇਨਵੈਸਟਰ ਵਗੈਰਾ ਲੱਭਾ ਵਾ, ਕਹਿੰਦਾ ਕਿ ਮੈਂ ਅਗਲਾ ਗਾਣਾ ਕਰਨਾ। ਮੈਂ ਕਿਹਾ ਠੀਕ ਆ ਜੀ, ਕਰਨਾ ਮੈਂ ਤੈਨੂੰ ਕਰਕੇ ਦਿੰਦਾ, ਕੋਈ ਪ੍ਰੋਬਲਮ ਨਹੀਂ ਹੈ। ਕੋਆਰਡੀਨੇਟ ਕਰਕੇ ਦਿਆਂਗਾ ਸਾਰਾ ਕੁਛ ਨੂੰ, ਹੈ ਸਾਡਾ ਕੀ ਲੈਣਾ, ਜੋ ਮਰਜ਼ੀ ਕਰੇ ਜਿਵੇਂ ਮਰਜ਼ੀ ਕਰੇ ਅਗਲਾ ਬੰਦਾ, ਅਸੀਂ ਕੰਮ ਕਰਕੇ ਦੇਣਾ, ਪੈਸੇ ਲੈਣੇ ਭਰਾ। ਹਾਂ ਇੰਨਾ ਕੁ ਹੈ ਵਾ ਕਿ ਅਗਰ ਆਪਣੇ ਇਹ ਆ ਕਿ ਜੇ ਕਿਸੇ ਨੂੰ 80 ਕਵਾਂਗੇ ਤਾਂ 100 ਕਰਕੇ ਦੇਵਾਂਗੇ, ਇਹ ਨਹੀਂ ਆ ਕਿ 100 ਕਹਿ ਕੇ ਤਾਂ ਮੁੜ ਕੇ ਕੀ ਹੈ ਕਿ ਨਹੀਂ 70 ਦੇਵਾਂਗੇ, 70 ਗੁਜ਼ਾਰਾ ਕਰ। ਯਕੀਨ ਜਾਣ ਉਦਣ ਇਹਦਾ ਗਾਣਾ ਸ਼ੂਟ ਕੀਤਾ ਤਕਰੀਬਨ 4 ਜਾਂ 5 ਵਾਰੀ ਮੈਂ ਇਹਦਾ ਗਾਣਾ ਲਿਆ, ਪੂਰਾ ਪੂਰਾ ਗਾਣਾ, ਮਿਡ 'ਚ ਵੀ ਲਿਆ, ਕਲੋਜ਼ 'ਚ ਵੀ ਲਿਆ, ਫੁੱਲ 'ਚ ਵੀ ਲਿਆ, ਬੂਡਿੰਗ ਸ਼ਾਟ ਵੀ ਲੈ ਲਿਆ। ਹਾਲਾਂਕਿ ਇਹ ਮੈਨੂੰ ਕੀ ਕਹਿ ਰਿਹਾ ਸੀਗਾ 4-5 ਸ਼ਾਟ ਮੇਰੇ ਲੈ ਲਾ ਅਤੇ ਬਾਕੀ ਤਸਵੀਰਾਂ ਨੂੰ ਲਾ ਕੇ ਉਹ ਸਿੱਧਾ ਕਰ ਲੈਣਗੇ, ਹੈ ਨਾ। ਮੈਂ ਆਪਣੇ ਵੱਲੋਂ ਮੈਂ ਚਲੋ ਤੇਰੀ ਵੀ ਇੱਕ ਉਹ ਵੀ ਇੱਕ ਚੰਗੀ ਗੱਲ ਕਿ ਤੂੰ ਉਹ ਮਾਈਕ ਵੀ ਲਵਾਤਾ, ਖੈਰ ਉਹ ਅੱਛਾ ਲੱਗਾ, ਵਿੱਚ ਮਾਈਕ ਵੀ ਲੱਗ ਗਿਆ, ਵਿਦਆਊਟ ਮਾਈਕ ਵੀ ਹੋ ਗਿਆ, ਵਿਦਆਊਟ ਸਾਰਾ ਹੁਣ ਤੋਂ ਵੀ ਹੋ ਗਿਆ, ਯਾਨੀ ਕਿ ਜੋ ਕੁਛ ਕਰ ਸਕਦੇ ਸੀ ਕਰ ਦਿੱਤਾ। ਹੁਣ ਫਲੈਟ ਸ਼ਾਟ ਨੇ ਵਿੱਚ ਜ਼ਿਆਦਾ, ਫਲੈਟ ਸ਼ਾਟ ਜਿਹੜੇ ਨਾ ਇਹ ਹੁਣ ਐਡੀਟਿੰਗ ਵਾਲੇ ਦਾ ਖੇਲ ਆ, ਐਡੀਟਿੰਗ ਅੱਜ ਕੱਲ੍ਹ ਇਹੋ ਜਿਹੀ ਆ ਗਈ ਆ ਨਾ, ਉਹ ਤੈਨੂੰ ਜ਼ੂਮ ਇਨ ਵੀ ਲਾ ਦੇਗਾ, ਜ਼ੂਮ ਆਊਟ ਵੀ ਲਾ ਦੇਗਾ, ਪੈਨ ਵੀ ਲਾ ਦੇਗਾ, ਉਹ ਸਾਰਾ ਕੁਛ ਹੋ ਜਾਂਦਾ ਐਡੀਟਿੰਗ ਦੇ ਵਿੱਚ। ਹੁਣ ਪਹਿਲੇ ਨਹੀਂ ਸੀ ਐਡਾ ਸਹੂਲਤ ਹੈਗੀ, ਹੁਣ ਤਾਂ ਅਗਲੇ ਐਡੀਟਿੰਗ 'ਚ ਪਤਾ ਨਹੀਂ ਕੀ ਕੀ ਪਾ ਦਿੰਦੇ ਆ, ਸੋਚਦਾ ਹੀ ਰਹਿ ਜਾਂਦਾ ਬੰਦਾ। ਮੁੰਡੇ ਨੂੰ ਲੈ ਦੇਵਾਂ ਫਿਰ ਕੈਮਰਾ ਭਾਜੀ, ਲੈ ਕੇ ਦਿਓ ਉਹਨੂੰ, ਪਰ ਬਾਰ ਬਾਰ ਇੱਕ ਗੱਲ ਮੈਂ ਤੈਨੂੰ ਕਹਿੰਦਾ, ਸਾਰਾ ਕੁਛ ਲਿਖਤ ਪੜ੍ਹਤ ਵੀਰੇ, ਲਿਖਤ ਪੜ੍ਹਤ ਤੋਂ ਬਗੈਰ ਜਾ ਨਾ ਕੰਮ ਨਹੀਂ ਕਰਨਾ ਵੀਰੇ, ਕਿੰਨੇ ਦਾ ਕੰਮ ਕਰੇਗਾ ਨੁਕਸਾਨ ਕਰੇਗਾ। ਇੱਥੇ ਕਿੰਨੇ ਕੁ ਦਾ ਆਊਗਾ ਕੈਮਰਾ, 2000 ਦੇ ਲੱਗ ਬੰਨੇ ਆਰਾਮ ਨਾਲ, ਵਧੀਆ ਜਿਹੜਾ ਆਰਾਮ ਨਾਲ, ਮੈਂ 2000 ਵੀ ਤੂੰ ਜ਼ਿਆਦਾ ਕਹਿ ਰਿਹਾ, ਪਤਾ ਨਹੀਂ ਕਿੰਨਾ ਕਰੇਗਾ, 1500 ਬੋਡੀ ਬੋਡੀ ਇਕੱਲੀ ਲੈਂਸ ਹੋ ਗਿਆ, ਹਾਂ ਦੈਟਸ ਇਟ, ਲੈਂਸ ਉਹਦੇ ਨਾਲ ਹੋਊਗਾ ਪਰ ਉਹ ਗਜ਼ਾਰਾ ਹੀ ਹੋਊਗਾ। ਹਾਂਜੀ ਮੈਂ ਆਪਣੇ ਵਾਲੇ ਨਾ ਮੇਰਾ ਲੈਂਸ ਬਹੁਤ ਮਹਿੰਗਾ ਹੈ, ਜਿਹੜਾ ਉਹ ਲੈਂਸ ਕਹਿ ਰਿਹਾ ਨਾ ਕਿ ਲੈ ਲਾ ਤੂੰ 1855 ਹੋਣਾ ਉਹਦਾ ਨਾਲ, ਜਿਹੜਾ ਵੀ ਆ ਉਹ ਇਹਦੇ ਨਾਲੋਂ ਸਸਤਾ ਵਾ, ਇਹ 1400 ਗਰਮ ਦਾ ਸਿਰਫ ਲੈਂਸ ਆ ਇਕੱਲਾ ਲੈਂਸ। ਇਹ ਪਤਾ ਕਿੰਨਾ ਵਾਸਤੇ ਆ, ਇਹ ਜਿਹੜੇ ਪਹਾੜਾਂ ਦਾ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਦੇ ਆ ਨਾ, ਉਹਨਾਂ ਵਾਸਤੇ ਆ। ਨਹੀਂ ਨਹੀਂ ਆਪਾਂ ਉਹਨੂੰ ਲੈਂਸ ਵੀ ਲੈ ਕੇ ਭੇਜ ਦੇਵਾਂਗੇ ਨਾ, ਜਿਹੜਾ ਉਹਨੇ ਮੈਨੂੰ ਕਿਹਾ ਜਿਹੜਾ ਕਹੂਗਾ ਫਿਰ ਉਹ ਲੈਂਸ ਵੀ ਲੈ ਦਿੰਦਾ ਆ। ਮੈਂ ਤੈਨੂੰ ਇਹ ਗੱਲ ਕਹੂੰਗਾ, ਉੱਥੇ ਤੇਰਾ ਕੋਈ ਪੰਜਾਬ ਬੰਦਾ ਕੋਈ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਤੇਰੇ ਉਹ ਤੋਂ ਇਲਾਵਾ ਹੱਥ 'ਚ ਹੋਵੇ ਉਹਦੇ ਲਾਗੇ ਤਾਗੇ ਕਿਤੇ, ਠੀਕ ਆ, ਉਹ ਨਾਲ ਜਾਵੇ ਉਹਦੇ ਅਤੇ ਉਹਨੂੰ ਉੱਥੋਂ ਹੀ ਲੈ ਕੇ ਦੇ ਕੈਮਰਾ। ਉੱਥੇ ਬੜੇ ਮਹਿੰਗੇ ਮਹਿੰਗੇ ਆ ਭਾਜੀ, ਭਾਜੀ ਨਹੀਂ ਐਡੇ ਮਹਿੰਗੇ, ਨਾਲੇ ਤੂੰ ਕਹਿੰਦਾ ਗਿੰਬਲ ਇੱਥੇ ਨਾਲੋਂ ਸਸਤਾ ਤੇ ਫਿਰ ਕੈਮਰੇ 'ਚ ਫਰਕ ਕਿੰਨਾ ਆ ਸਕਦਾ ਮੈਨੂੰ ਇਹ ਦੱਸ ਭਾਜੀ, ਗਿੰਬਲ ਤਾਂ ਕੈਮਰੇ ਦੀ ਗੱਲ ਵੱਖਰੀ ਕੀਤੀ ਆ, ਕਿੰਨੇ ਦਾ ਕੈਮਰਾ ਪਤਾ ਤਾਂ ਕਰਵਾਉਣਾ ਉਹਨਾਂ ਕੋਲੋਂ, ਪਤਾ ਕਰਵਾ, ਮਸਲਾ ਨਹੀਂ ਇੱਥੋਂ ਲੈ ਲਾਂਗੇ। 25,000 ਰੁਪਏ ਦਾ, 25,000 ਰੁਪਏ ਦਾ ਕੈਮਰਾ, ਇਕੱਲੀ ਬੋਡੀ 25,000, 25,000 ਕੀ ਬਣਦਾ ਇੱਥੋਂ ਦਾ, ਉਹ ਵੀ 1500 ਨਹੀਂ ਬਣਦਾ, ਕਿਉਂ ਸਾਡੇ ਬਣਦਾ ਹਨਾ, ਕਿੱਦਾਂ ਬਣਦਾ, 1450 ਰੁਪਈਆ ਭੇਜੀ ਜਾਣਾ ਤਾਂ 30,000 ਰੁਪਈਆ ਬਣਦਾ, 1550 ਕੈਮਰਾ ਕਿੰਨੇ ਦਾ ਕਹਿ ਰਿਹਾ ਤੂੰ, ਉੱਥੇ 25-26,000 ਕੈਨਨ ਦਾ, ਹਾਂ ਕੈਨਨ 70 ਚਲੋ ਠੀਕ ਹੈ, ਲੈਟਸ ਸਪੋਜ਼ ਅਸੀਂ ਇੱਥੋਂ ਲੈ ਲੈਂਦੇ ਹਾਂ, 1200 ਦੀ ਰੇਂਜ 'ਚ ਮਿਲ ਜਾਵੇਗਾ, ਮਿਲ ਜਾਵੇਗਾ, ਮਸਲਾ ਨਹੀਂ ਹੈ ਇੱਥੋਂ ਲੈ ਕੇ, ਹਾਂ ਇੰਨੇ ਦਾ ਮਿਲ ਜੂ, 1200-1300 ਦਾ, 1300 ਤੱਕ ਲੈ ਕੇ
ਤੇ ਆਪਾਂ ਨਾਲ ਲੈਂਸ ਜਿਹੜੀ ਉਹਨੂੰ ਪਸੰਦ ਹੋਵੇ ਸਾਨੂੰ ਦੱਸ ਦੇਵੇ, ਉਹ ਲੈ ਕੇ ਭੇਜ ਦਿੰਦੇ, ਕੋਰੀਅਰ ਕਰ ਦਿਆਂਗੇ। ਹਾਂ ਕੋਰੀਅਰ ਦੀ ਕਿਹੜੀ ਰੌਲਾ ਕੌਣ ਲਿਆ ਹੁੰਦਾ ਜਾਂਦਾ ਹੈਗਾ ਇਹਨਾਂ ਦੇ। ਨਾ ਨਾ ਆਪਾਂ ਇੱਥੋਂ ਇੰਡੀਆ ਚੱਲ ਵਾਲਿਆਂ ਦਾ ਕੋਰੀਅਰ ਕਰ ਦਿਆਂਗੇ। ਠੀਕ ਆ ਬਹਰਲ, ਜੇ ਅਗਰ ਤੇਰੇ ਕੋਲ ਕੰਮ ਹੁੰਦਾ ਨਾ। ਨਹੀਂ ਨਹੀਂ ਉਹ ਕੋਲ ਕੰਮ ਵਾਧੂ ਆਉਂਦਾ ਵਾ, ਕਿਉਂਕਿ ਹੁਣ ਇੰਡੀਆ ਕਿਹੜਾ ਕੋਈ ਲੋਕਡਾਊਨ ਆ, ਕੰਮ ਚੱਲਦਾ ਵਾ ਸਾਰਾ, ਕੰਮ ਆਉਂਦਾ ਵਾ। ਅਗਰ ਮੈਨੂੰ ਬੰਦ ਕਰ ਦੇ, ਅਗਰ ਉਹ ਜੱਕੀ ਨਾਲੇ ਤਾਂ ਇੰਨਾ ਚਾਰ ਪੈਸੇ ਕਮਾਉਣ ਲੱਗ ਪਏ, ਐਟਲੀਸਟ ਹੋਰ ਕੋਈ ਨਹੀਂ ਤੇਰੇ ਘਰ ਭੇਜਣ ਲੱਗ ਪਵੇ, ਉਹ 10-15,000 10,000 ਵੀ ਭੇਜਣ ਲੱਗ ਪਵੇ ਤੇ ਕੰਮ ਸਿੱਧਾ ਹੋ ਗਿਆ। ਸਿੱਧਾ ਹੋ ਗਿਆ, ਹੈਂ ਦੋ ਸ਼ੂਟਿੰਗਾਂ ਕੀਤੀਆਂ, ਮੇਰੇ ਗਾਣੇ ਮੇਰੇ ਕੈਮਰੇ ਦੇ ਪੈਸੇ ਪੂਰੇ ਬਸ। ਭਾਈ ਤੂੰ ਭੇਜ, ਮੇਰੇ ਕੋਲ ਤਾਂ ਇਹੋ ਜਿਹਾ ਬੰਦਾ ਕੋਈ ਨਹੀਂ ਹੈ। ਚੱਲ ਮੈਂ ਦੇਖਦਾ ਯਾਰ, ਅਗਰ ਕੋਈ ਕੰਮ ਮਿਲਿਆ ਆਉਣਾ ਹੁਣ ਆਪਾਂ ਨੂੰ ਯਾਰ, ਸ਼ੀਸ਼ੇ ਥੱਲੇ ਕਰ ਦੇ ਹਾਂ, ਕਿਹੜਾ ਗੁੱਸਾ ਵਾ ਮੈਨੂੰ। ਕਿੱਥੋਂ ਕੀਤੇ ਸੀ ਆਪਾਂ ਪਤਾ ਨਹੀਂ, ਤੁਹਾਨੂੰ ਪਤਾ ਆ ਮੇਰਾ ਕੰਮ ਮਿਲ ਗਿਆ ਹੁਣ, ਕੰਮ ਮਿਲ ਗਿਆ ਵਾ ਹੁਣ ਬਸ। ਅੱਛਾ ਬਾਕੀ ਇਹ ਆ ਕਿ ਉਹਨੂੰ ਕਹਿਣ ਲੱਗੇ ਸੀਗੇ ਮਹੀਨੇ ਦੇ ਵਿੱਚ ਵਿੱਚ, ਠੀਕ ਆ। ਨਹੀਂ ਉਹ ਕਿੰਨਾ ਲੱਗਦਾ, ਮੇਰੇ ਕੋਲ ਤਾਂ ਇਹੋ ਜਿਹਾ ਬੰਦਾ ਨਹੀਂ ਹੈ ਕੋਈ ਕਿ ਜਿਹਦੇ 'ਤੇ ਮੈਂ ਇੰਨਾ ਇਤਬਾਰ ਕਰਕੇ ਅਤੇ ਇੱਦਾਂ ਕਰ ਸਕਾਂ, ਔਰ ਅੱਗੋਂ ਮੈਨੂੰ ਤਾਂ ਇਹ ਵੀ ਯਕੀਨ ਹੋਵੇ ਇਤਬਾਰ ਤੋਂ ਇਲਾਵਾ ਕਿ ਉਹਨੂੰ ਕੰਮ ਵੀ ਆਉਂਦਾ ਵਾ ਉਹ ਕਰ ਲਏਗਾ। ਅਤੇ ਮੈਂ ਤਾਂ ਭਾਈ ਜੀ ਇੱਕ ਮਿੰਟ ਨਾ ਲਾਵਾਂ, ਇੱਕ ਮਿੰਟ ਮੈਂ ਤਾਂ ਫੋਰਨ ਉਹਨਾਂ ਨੂੰ ਕਹਾਂ, ਲੇਕਿਨ ਪਤਾ ਮਸਲਾ ਕੀ ਹੈ, ਬੰਦੇ ਗੱਲਾਂ ਵਾ ਤਾਂ ਬਹੁਤ ਮਾਰਦੇ ਆ ਪਰ ਹੁੰਦਾ ਵਿੱਚ ਕੁਛ ਨਹੀਂ। ਨਹੀਂ ਨਹੀਂ ਉਹ ਤਾਂ ਮੁੰਡਾ ਵਾ, ਉਹਦਾ ਤਾਂ ਕਹਿ ਨਹੀਂ ਗਿਆ, ਕਿੱਧਰ ਤੁਰ ਪੈਂਦਾ। ਮੈਂ ਆਪਣੇ ਵਾਲੇ ਦੱਸਣ ਡਿਆ ਜੋ ਹਾਲਾਤ ਨੇ ਨਾ, ਨਹੀਂ ਹੈ ਗੱਲਬਾਤ। ਨਾਲੇ ਵੈਸੇ ਵੀ ਮੇਰੇ ਕੋਲ ਇਹੋ ਜਿਹੇ ਮੁੰਡੇ ਹੈਗੇ ਆ ਜਿਹੜੇ ਮੇਰੇ ਜਿਹੜੇ ਕੰਮ ਕਰਦੇ ਆ, ਕਿ ਅਗਰ ਮੈਂ ਉਹਨਾਂ ਨੂੰ ਕਹਾਂ ਨਾ ਕਿ ਯਾਰ ਆ ਮੇਰਾ ਪ੍ਰੋਜੈਕਟ ਆ ਬਣਾਉਣਾ ਵਾ ਫਲਾਣੇ, ਤਾਂ ਮੈਂ ਇੱਥੇ ਹੀ ਉਹਨਾਂ ਨੂੰ ਫੋਨ ਕਰਨਾ ਕਿ ਜਾਓ ਜਾ ਕੇ ਸ਼ੂਟ ਕਰਕੇ ਉਹਨਾਂ ਕਰਾਉਣਾ, ਉਹਨਾਂ ਕਰਕੇ ਮੈਨੂੰ ਪ੍ਰੋਜੈਕਟ ਭੇਜ ਦੇਣਾ। ਮੇਰੇ ਕੋਲ ਤਾਂ ਬੰਦੇ ਹੈ ਨਾ ਜਿਹੜੇ ਕੰਮ ਕਰ ਰਹੇ ਆ ਆਲਰੇਡੀ, ਪਰ ਕਰਵਾ ਵੀ ਸਸਤਾ ਲੈਣਾ ਮੈਂ ਉਵੇਂ। ਤਾਂ ਫਿਰ ਭਾਅ ਜੀ ਉਹਨਾਂ ਨੂੰ ਫੋਨ ਕਰਕੇ ਪੁੱਛਣਾ ਪੈਣਾ, ਉਹ ਜਿੱਥੇ ਰਹਿੰਦੇ ਆ ਨਾ ਭਾਅ ਜੀ ਨੂੰ ਵੀ ਸਾਰਾ ਠੀਕ ਆ ਪੁੱਛਦਾ। ਭਾਅ ਜੀ ਨੂੰ ਪੁੱਛੂੰਗਾ ਪੈਣਾ ਵੀ ਇੱਥੋਂ ਤੋਂ ਪੁਰਾਣਾ ਕੈਮਰਾ ਪੁੱਛ ਲਏ, ਪੁਰਾਣਾ ਹੀ ਲੈ ਲਈਏ ਕਿਹੜੀ ਆਖਰ ਆਈ ਹੈ ਨਵਾਂ ਇਹਦੀ। ਬਾਈ ਇਹ ਬਹੁਤ ਹੀ ਚੰਗੀ ਗੱਲ ਆ ਜਿਹੜੀ ਤੂੰ ਕਰਨ ਡਿਆ, ਬਹੁਤ ਹੀ ਚੰਗੀ ਗੱਲ ਆ। ਕਿਉਂ ਇਹ ਕੈਮਰਾ ਲੈ ਲਿਆ, ਉਹਦਾ ਕੰਮ ਟੁਰ ਪਿਆ, ਉਹ ਕਹਿੰਦਾ ਭਾਅ ਜੀ ਕੰਮ ਵਾਹਵਾ ਟੁਰ ਪਿਆ। ਪਹਿਲੀ ਗੱਲ ਉਹਨੂੰ ਕਹੀ ਕਿ ਜਦੋਂ ਉਹ ਕੰਮ ਕਰਨ ਲੱਗੇ ਨਾਲ ਹੈਲਪਰ, ਔਰ ਹੈਲਪਰ ਨੂੰ ਸਿਖਾਉਣਾ ਸ਼ੁਰੂ ਕਰੇ, ਠੀਕ ਆ, ਥੋੜ੍ਹਾ ਥੋੜ੍ਹਾ ਸਿਖਾਵੇ ਵੀ ਨਾਲੇ ਉਹਦੀ ਹੈਲਪ ਵੀ ਕਰੇ, ਥੋੜ੍ਹਾ ਬਹੁਤ ਖਰਚਾ ਪਾਣੀ ਦੇ। ਤਾਂ ਕਈ ਮੁੰਡੇ ਦੇ ਪੰਜਾਬ ਦੇ ਕੰਮ ਸਿੱਖਣ ਵਾਸਤੇ ਹੀ ਲੋਕ ਭੇਜ ਦਿੰਦੇ ਆ ਕਿ ਹਾਂ ਠੀਕ ਆ ਕਰੋ ਬਾਹਰ ਲੈਣੀ ਵੇ, ਉਹਦੇ 'ਚ ਇਹ ਫਾਇਦਾ ਕਿ ਉੱਥੇ ਜਿਹੜਾ ਆਸਤਾ ਆਸਤਾ ਸਿੱਖੀ ਜਾਏਗਾ, ਕੱਲ੍ਹ ਨੂੰ ਕਹਿੰਦਾ ਯਾਰ ਵਾਹ ਜੀ ਵਾਹ ਬੱਲੇ ਬੱਲੇ ਹੋ ਗਈ ਹੈ, ਬੱਲੇ ਬੱਲੇ ਹੋ ਗਈ ਆ, ਕੰਮ ਚੰਗਾ ਚੱਲ ਗਿਆ, ਤੈਨੂੰ ਵੀ ਸਮਝ ਆ ਗਈ ਹੈ ਭਾਈ ਮੇਰੇ ਕੋਲ, ਹੁਣ ਤੂੰ ਲੱਖ ਵਾਲਾ ਲੈ ਲਾ ਕੈਮਰਾ। ਮੈਨੂੰ ਪਤਾ ਲੱਗ ਗਿਆ ਕਿ ਬਾਈ ਤੂੰ ਕਮਾ ਰਿਹਾ, ਤੂੰ ਦੇ ਰਿਹਾ, ਕੱਲ੍ਹ ਨੂੰ ਜ਼ਿਆਦਾ ਪੈਸੇ ਤੇਰੇ 'ਤੇ ਇਨਵੈਸਟ ਕਰ ਦੇਵੇਂਗੇ ਮੁੰਡਾ, ਉਹਨੂੰ ਇਹ ਪੁਰਾਣਾ ਦੇ ਦੇ ਦੂਸਰੇ ਮੁੰਡੇ ਨੂੰ, ਉਹਨੂੰ ਕਹਿ ਲੈ ਪੁੱਤ ਤੂੰ ਆਪ ਖੇਡ ਹੁਣ, ਤੂੰ ਖੇਡ ਫਲਾਂ ਜਗ੍ਹਾ ਛੂਟ ਆ ਜਾ, ਕੰਮ ਤੈਨੂੰ ਮੈਂ ਦਊਂਗਾ, ਫਲਾਂ ਜਗ੍ਹਾ ਛੂਟ ਆ ਛੂਟ ਤੂੰ ਕਰਕੇ ਆ, ਆਪ ਤੂੰ ਦੂਸਰੇ ਬੰਨੇ ਟੁਰਦਾ। ਕੰਮ ਚੱਲਣਾ ਚਾਹੀਦਾ ਭਾਅ ਜੀ, ਟੈਨਸ਼ਨ ਨਹੀਂ ਆ, ਕਰਦੇ ਹਾਂ ਗੱਲ ਯਾਰ। ਮੈਂ ਜਮ੍ਹਾਂ ਕਰ ਰਿਹਾ, ਠੀਕ ਆ, ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਆਸਤਾ ਆਸਤਾ ਚੀਜ਼ਾਂ ਆਪਣੀਆਂ ਮੁਕੰਮਲ ਕਰਾਂ, ਅਤੇ ਚੱਲ ਕਿਸੇ ਦਾ ਨਾ ਕਰਾਂਗੇ ਜਾ ਕੇ ਭੈਣ ਚੋਂ ਆਪਦੇ, ਅਤੇ ਦੋ ਚਾਰ ਬਣਾ ਕੇ ਕਰਿਆ ਕਰਾਂਗੇ। ਹਾਂ ਨਹੀਂ ਨਹੀਂ ਕੰਮ ਹੈ ਉੱਥੇ, ਕੰਮ ਆਉਂਦਾ ਵਾ, ਕੰਮ ਆਉਂਦਾ ਵਾ, ਲੋਕ ਉਹ ਬਾਈ ਲੋਕ ਕੁਆਲਿਟੀ ਮੰਗਦੇ ਆ, ਲੋਕ ਮੰਗਦੇ ਆ ਕਿ ਤਾਂ ਬੰਦੇ ਨੂੰ ਕੰਮ ਆਉਂਦਾ ਹੋਵੇ, ਲੋਕ ਮੰਗਦੇ ਆ ਕਿ ਸਾਨੂੰ ਗਾਈਡ ਕਰੋ। ਅੱਜ ਜਿੰਨੀ ਪੌਂਗ ਉੱਠ ਰਹੀ ਹੈ ਨਾ, ਉਹਨਾਂ ਨੂੰ ਆਉਂਦਾ ਕੁਛ ਵੀ ਨਹੀਂ ਪਤਾ, ਕੁਛ ਵੀ ਨਹੀਂ ਵਿਚਾਰੀਆਂ ਨੂੰ, ਪਰ ਹਰ ਬੰਦਾ ਕਹਿੰਦਾ ਮੈਂ ਹੀਰੋ ਬਣ ਜਾਵਾਂ ਰਾਤੋਂ ਰਾਤ, ਹੈ ਨਾ, ਉਹਨਾਂ ਨੂੰ ਚਾਹੀਦਾ ਵਾ ਕੰਮ, ਸਮਝ ਆ ਰਹੀ ਆ, ਉਹਨਾਂ ਨੂੰ ਚਾਹੀਦਾ ਵਾ, ਲੇਕਿਨ ਉਹਨਾਂ ਨੂੰ ਗਾਈਡੈਂਸ ਵੀ ਚਾਹੀਦੀ ਆ। ਕੋਈ ਮਾੜਾ ਗਾਏਗਾ, ਕੋਈ ਚੰਗਾ ਗਾਏਗਾ, ਕੋਈ ਅੱਛੀ ਐਕਟਿੰਗ ਕਰੇਗਾ, ਕੋਈ ਮਾੜੀ ਐਕਟਿੰਗ ਕਰੇਗਾ, ਇਹ ਗੱਲ ਨਹੀਂ ਆ, ਅਸੀਂ ਉਹਦੀ ਕਦਰ ਕਰਨੀ ਆ ਬਈ ਹਰ ਹਾਲ 'ਚ, ਬਈ ਆ ਜਾ ਤੂੰ, ਜੇ ਤੇਰੇ 'ਚ ਕੋਈ ਗੁਣ ਹੋਇਆ ਤਾਂ ਥੋੜ੍ਹਾ ਬਹੁਤ ਸਿੱਧਾ ਪੱਧਰ ਕਰ ਲਾਂਗੇ, ਜੇ ਨਾ ਹੋਇਆ ਤਾਂ ਫਿਰ ਤੇਰੇ ਆਪਣੇ ਨਸੀਬ, ਅਸੀਂ ਕੀ ਕਰ ਸਕਦੇ, ਸਾਡਾ ਤਾਂ ਕਸੂਰ ਕੋਈ ਨਹੀਂ। ਸ਼ੂਟ ਬਹੁਤ ਬਿਲਕੁਲ ਨਹੀਂ ਛੱਡ, ਉਹਨਾਂ ਦਾ ਜੀ ਬਿਲਕੁਲ। ਮਿੱਠੇ ਵਾਲੀ ਦੁਕਾਨ ਤੋਂ ਖਾਣਾ ਕਿ ਇੱਥੋਂ ਕਿੱਥੋਂ ਕਰਦੇ ਆ,
ਉਹ ਸਿੱਧੀ ਸਿਆਲਕੋਟ ਚ ਨਹੀਂ ਸਿੱਧੀ ਸਿਆਲਕੋਟ ਉਹ ਕਿੱਥੇ ਉਹ ਹੈਗਾ ਐਸ ਸਪੇਨ ਉਹਨਾਂ ਕੋਲ ਕੀ ਲੱਭਦਾ ਉੱਥੇ ਉਹ ਸਵੀਟ ਸ਼ਾਪ ਆਉਣਾ ਉਹਨਾਂ ਬਹੁਤ ਕੁਛ ਮਿਲਦਾ ਮਠਿਆਈ ਖਾਣ ਨੂੰ ਦਿਲ ਨਹੀਂ ਕਰਨ ਡਿਆ ਮੇਰਾ ਹਾਂ ਜਿਵੇਂ ਫਲੂਦਾ ਹੋ ਗਿਆ ਇੱਦਾਂ ਦੀਆਂ ਚੀਜ਼ਾਂ ਮਿਲਦੀਆਂ ਉਹਨੂੰ ਕੱਢ ਲਿਆ ਅੱਧਾ ਕਿਲੋ ਬਰਫੀ ਦੇ ਦਿਓ ਐਸਾ ਕੋਈ ਚੱਕਰ ਨਹੀਂ ਤੇਰਾ ਬਾਈ ਕੰਮ ਕੀ ਆ ਬਰਫੀ ਖਾਣੀ ਗੋਲ ਗੱਪੇ ਮਿਲਦੇ ਉਹਨਾਂ ਕੋਲ ਖੱਟੇ ਮਿੱਠੇ ਦਹੀਂ ਵਾਲੇ ਨਹੀਂ ਮੇਰਾ ਕੋਈ ਦਿਲ ਖਰਾਬ ਨਹੀਂ ਹੋਣ ਡਿਆ ਨਹੀਂ ਮੈਂ ਕਿਹਾ ਕਈ ਵਾਰੀ ਹੁੰਦਾ ਨਾ ਫੀਲਿੰਗਸ ਅਟਰੈਕਸ਼ਨਸ ਯਾਰ ਗਲਤ ਪਾਸੇ ਹੀ ਤਾਂ ਨਾ ਲੈ ਕੇ ਜਾਓ ਗੱਲ ਨੂੰ ਬੰਦੇ ਦੀ ਰੂਹ ਵੀ ਤਾਂ ਹੁੰਦੀ ਹੈ ਨਾ ਕਿਸੇ ਚੀਜ਼ 'ਤੇ ਰੂਹ ਤਾਂ ਇਸ ਟਾਈਮ ਮੇਰੀ ਇੱਕੀ ਵੀ ਆ ਰੂਹ ਤਾਂ ਮੇਰੀ ਕਹਿਣ ਡੀ ਆ ਤੂੰ ਪਾਕਿਸਤਾਨ ਜਾ ਛੇਤੀ ਛੇਤੀ ਪਹੁੰਚ ਮੇਰਾ ਭਰਾ ਖੋਲੋ ਹੁਣ ਇੰਨੇ ਟਾਈਮ ਦਾ ਕੱਢ ਇੱਕ ਮਿੰਟ ਵੀ ਬਾਈ ਯਾਰ ਕਨਫਿਊਜ਼ਨ 'ਚ ਲਾਈਫ ਗੁਜ਼ਰਦੀ ਜਾਣ ਡੀ ਆ ਇੱਕ ਦਿਲ ਕਰਦਾ ਕਿ ਫੈਮਲੀ ਬੁਲਾ ਲਵਾਂ ਇੱਥੇ ਪੱਕੀ ਇੱਥੇ ਹੀ ਕੰਮ ਕਰ ਲਵਾਂ ਸੈੱਟ ਇੱਕ ਦਿਲ ਕਰਦਾ ਪਾਕਿਸਤਾਨ ਚੱਲ ਜਾਵਾਂ ਬਸ ਸਮਝ ਨਹੀਂ ਆਉਂਦੀ ਯਾਰ ਇੱਕ ਮੈਂ ਗੱਲ ਕਰਦਾ ਇੱਕ ਗੱਲ ਤੋਂ ਉਹ ਕਿਹੜੀ ਗੱਲ ਆ ਬਾਕੀ ਸਾਰੇ ਕੰਮ ਮੈਂ ਕਰ ਸਕਦਾ ਯਾਨੀ ਕਿ ਇੰਨੀ ਮੈਨੂੰ ਟੈਨਸ਼ਨ ਨਹੀਂ ਆ ਕਿ ਮੈਨੂੰ ਰੂਮ ਦਾ ਕਿਰਾਇਆ ਪੈ ਜੂ ਅੱਲਾ ਕਰਮ ਕਰੇ ਮੈਨੂੰ ਪਤਾ ਵਾ ਕਿ ਜੇ ਮੈਂ ਹਿੰਮਤ ਮਾਰੂੰ ਨਾ ਮੈਂ ਸਾਰੇ ਇਹਨਾਂ 'ਤੇ ਕੰਮ ਓਵਰ ਕਰ ਲੂੰਗਾ ਆਪਣੇ ਆਪਣੀ ਕੀ ਉਹਨੂੰ ਕਹਿੰਦੇ ਕਮਾਈ ਲੈਣਾ ਦੇਣਾ ਇਹ ਸਭ ਸਿੱਧਾ ਕਰ ਲੂੰਗਾ ਪ੍ਰੋਬਲਮ ਕਿੱਥੇ ਆਈ ਜੀ ਦੋ ਜਗ੍ਹਾ 'ਤੇ ਇੱਕ ਬੱਚਿਆਂ ਦੀ ਤਾਲੀਮ ਜਿਵੇਂ ਸਾਡੀ ਖਰਾਬ ਹੋਈ ਹੈ ਨਾ ਮਤਲਬ ਅਸੀਂ ਦੋਵਾਂ ਸ਼ਹਿਰਾਂ ਦੇ ਵਿੱਚ ਹੀ ਰਹੇ ਹਾਂ ਕਰਾਚੀ ਪੰਜਾਬ ਕਰਾਚੀ ਪੰਜਾਬ ਮੇਰੇ ਵਾਲਦ ਸਾਹਿਬ ਕਦੀ ਕਰਾਚੀ ਕਦੀ ਪੰਜਾਬ ਸ਼ਾਦੀ ਕੋਈ ਗਮੀ ਖੁਸ਼ੀ ਆ ਚਲੋ ਪੰਜਾਬ ਈਦ ਆ ਚਲੋ ਪੰਜਾਬ ਕੋਈ ਮਾੜੀ ਕੋਈ ਉੱਨੀ ਵੀ ਹੋ ਗਈ ਆ ਚਲੋ ਪੰਜਾਬ ਉਹ ਚਲੋ ਪੰਜਾਬ ਦੇ ਵਿੱਚ ਨਾ ਸਾਡਾ ਪੰਜਾਬ ਬਣਾ ਸਾਡਾ ਪੰਜਾਬ ਬਣ ਗਿਆ ਮੈਟਰ ਕਰਨ ਤੋਂ ਬਾਅਦ ਮੇਰਾ ਦਿਲ ਹੀ ਨਹੀਂ ਕੀਤਾ ਪੜ੍ਹਨ ਤੋਂ ਇੱਧਰ ਵੇਖੀ ਕਿਤੇ ਕਿੱਥੇ ਆ ਉਹ ਸਿੱਧੇ ਜਾਓ ਨਾ ਅੱਛਾ ਬਾਬਾ ਜੀ ਸਿਆਲਕੋਟ ਅੱਛਾ ਉਹ ਨਾ ਮੇਰਾ ਦਿਲ ਹੀ ਨਹੀਂ ਕੀਤਾ ਪੜ੍ਹਨ ਨੂੰ ਐਸਾ ਮੈਂ ਬਾਗੀ ਹੋਇਆ ਬੱਚੇ ਜਿਹੜੇ ਆ ਨਾ ਹੁਣ ਮੇਰੇ ਜਿਹੜੇ ਸਕੂਲ ਜਾਣ ਡਿਆ ਹੁਣ ਕਲਾਮੇ ਪਾਕ ਪੜ੍ਹਨ ਡਿਆ ਵਾ ਦੀਨੀ ਤਲੀਮ ਯਾਨੀ ਹਾਸਲ ਕਰ ਸੁਬਹਾ ਜਾਂਦਾ ਵਾ ਮਸਜਿਦ ਅਰਲੀ ਮੋਰਨਿੰਗ ਮੁੰਡਾ ਅਰਲੀ ਮੋਰਨਿੰਗ ਸਕੂਲ ਜਾਂਦਾ ਉਹ ਜਾਂਦਾ ਵਾ ਉੱਥੇ ਮਸਜਿਦ ਫਿਰ ਆ ਕੇ ਜਾਂਦਾ ਸਕੂਲ ਸਕੂਲ ਤੋਂ ਵਾਪਸ ਆ ਕੇ ਜਾਂਦਾ ਟਿਊਸ਼ਨ ਟਿਊਸ਼ਨ ਤੋਂ ਵਾਪਸ ਆ ਕੇ ਫਿਰ ਸ਼ਾਮ ਨੂੰ ਉਹਨੇ ਜਿਹੜਾ ਸੁਬਹਾ ਸਬਕ ਪੜ੍ਹਿਆ ਹੁੰਦਾ ਨਾ ਮਸਜਿਦ 'ਚ ਉਹ ਸ਼ਾਮ ਨੂੰ ਸੁਣਾਉਣਾ ਉਹਨੇ ਉਹੀ ਵਾਪਸ ਅਤੇ ਫਿਰ ਉਹਨੇ ਘਰ ਆਉਣਾ ਫਿਰ ਉਹਨੇ ਹੋਮਵਰਕ ਕਰਨਾ ਫਿਰ ਉਹ ਵਿਹਲਾ ਹੋਣਾ ਉੱਥੋਂ ਲੈਫਟ ਕਰਨਾ ਸਮਝ ਆਈ ਗੱਲ ਦੀ ਅੱਛਾ ਅਤੇ ਜਦੋਂ ਆ ਗਿਆ ਇੱਥੇ ਤਾਂ ਕੰਮ ਖਤਮ ਸਾਰਾ ਬੰਨੇ ਸਵੇਰੇ ਸਕੂਲ ਗਿਆ ਆ ਗਿਆ ਤਾਂ ਕੰਮ ਖਤਮ ਬਸ ਕੁਛ ਨਹੀਂ ਹੈ ਮੈਂ ਇਸ ਗੱਲ ਤੋਂ ਬਸ ਜਿਹੜਾ ਨਾ ਚਾਲੂ ਅਤੇ ਬੱਚਿਆਂ ਦੀ ਤਲੀਮ ਖਰਾਬ ਹੋਣੀ ਅਤੇ ਦੂਜੀ ਆ ਮੈਡੀਕਲ ਮੈਡੀਕਲ ਐਸੀ ਚੀਜ਼ ਬੁਰੀ ਹੈ ਇੱਥੇ ਕਿ ਮੈਡੀਕਲ ਦੇ ਦੋ ਮਸਲੇ ਇੱਕ ਮਸਲਾ ਨਹੀਂ ਹੈ ਇੱਕ ਤਾਂ ਮਸਲਾ ਪੈਸਿਆਂ ਦਾ ਪੈਸਿਆਂ ਦਾ ਵੀ ਮਸਲਾ ਹੈ ਮੈਂ ਖਾਂ ਨਹੀਂ ਨਹੀਂ ਉਹਦੇ ਨਾਲ ਮੈਂ ਕੋਈ ਟੈਨਸ਼ਨ ਨਹੀਂ ਪੈਸਿਆਂ ਦਾ ਵੀ ਹੈ ਲੇਕਿਨ ਉਹਦੇ ਨਾਲ ਜਿਹੜਾ ਸਭ ਤੋਂ ਜ਼ਿਆਦਾ ਦੁਖਦਾਇਕ ਮਸਲਾ ਨਾ ਉਹ ਇਹ ਆ ਕਿ ਮੈਂ ਹੁਣ ਗਿਆ ਕੰਮ 'ਤੇ ਠੀਕ ਆ ਜਿੱਥੇ ਵੀ ਗਿਆ ਜੋ ਵੀ ਕਰ ਰਿਹਾ ਜਿਵੇਂ ਵੀ ਆ ਜਿੱਥੇ ਵੀ ਗਿਆ ਜੋ ਵੀ ਆ ਪਿੱਛੋਂ ਫੋਨ ਆ ਜਾਂਦਾ ਜੀ ਖੁਦਾ ਨਾ ਖਾਸਤਾ ਹੁਣ ਬੱਚੇ ਆ ਹੁਣ ਪਰਸੋਂ ਮੇਰੀ ਬੱਚੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਉਹਨੂੰ ਹੋਸਪਿਟਲ ਲੈ ਕੇ ਬੋਤਲ ਸ਼ੋਤਲ ਬੋਤਲ ਸ਼ੋਤਲ ਲੱਗੀ ਉਹਦੇ ਮੈਨੂੰ ਕੋਈ ਪਰਵਾਹ ਨਹੀਂ ਹੈ ਸਮਝ ਆ ਰਹੀ ਗੱਲ ਦੀ ਕਿਉਂਕਿ ਘਰ ਦੇ ਘਰ ਆ ਤਾਈਆਂ ਚਾਚੀਆਂ ਹੈਗੀਆਂ ਵਾ ਸਾਰੇ ਸਾਰੇ ਉਹ ਹੈਗੇ ਵੇਖਣ ਨੂੰ ਮੈਨੂੰ ਕੋਈ ਟੈਨਸ਼ਨ ਨਹੀਂ ਭਾਜੀ ਉਹ ਗਏ ਜਾ ਕੇ ਵੇਖਿਆ ਟੈਨਸ਼ਨ ਇਹ ਆ ਕਿ ਚਲੋ ਮੈਂ ਇੱਥੋਂ ਫੋਨ ਕਰ ਲਿਆ ਪੁੱਛ ਲਿਆ ਹਾਂ ਬਈ ਕਿੱਦਾਂ ਸਭ ਸੈਰ ਆ ਕੋਈ ਮਸਲਾ ਤਾਂ ਨਹੀਂ ਹੈ ਬਾਕੀ ਮੈਨੂੰ ਰਾਤੀ ਨਹੀਂ ਲੇਕਿਨ ਇੱਥੇ ਇੱਥੇ ਭਾਜੀ ਮਾੜਾ ਜਿਹਾ ਉੱਨੀ ਵੀ ਹੋ ਗਿਆ ਅਤੇ ਹੁਣ ਮੈਂ ਕੰਮ ਛੱਡ ਕੇ ਆਵਾਂ ਚੱਲਣ ਦੇ ਚੱਲਣ 'ਤੇ ਡੇਢ ਹੋ ਜਾਂਦੇ ਡੇਢ ਤਾਂ ਹੋ ਜਾਂਦਾ ਡੇਢ ਘੰਟਾ ਸਿੱਧਾ ਸਿੱਧਾ ਕੈਲਕੂਲੇਸ਼ਨ ਆਸਾਨ ਹੋ ਜਾਂਦੀ ਹੈ ਚੱਲਣ ਦੇ ਚੱਲ ਆਪਾਂ ਖਾ ਕੇ ਆਉਂਦੇ ਚੱਲਣ ਦੇ ਮੈਨੂੰ ਬੰਦ ਨਾ ਕਰੀਏ ਨਹੀਂ ਨਹੀਂ ਚੱਲਦੇ ਰਹੇ ਬਾਬਾ ਚੱਲੀ ਜਾਂਦੇ